ਆਦੋ ਸੱਚ ਦੁਗਾਦ ਸੱਚ ਜਦੋਂ ਦਸੀਂ ਰਹਿਤ ਮਰਿਆਦਾ ਨੂੰ ਪੜਦੇ ਆ ਨਾ ਜੀ ਤੇ ਰਹਿਤ ਮਰਿਆਦਾ ਵਿੱਚ ਇੱਕ ਸ਼ਬਦ ਲਿਖਿਆ ਹੈ ਵੈਸੇ ਤਾਂ ਸਿੱਖ ਕੌਮ ਦੇ ਵਿੱਚ ਇਹਨਾਂ ਦਿਨਾਂ ਦੀ ਕੋਈ ਵੱਖਰੀ ਮਹਾਨਤਾ ਨਹੀਂ ਹੈ ਅਸੀਂ ਪੂਰਨਮਾਸ਼ੀ ਨਹੀਂ ਮਨਾਉਣੀ ਹੈ ਅਸੀਂ ਸੰਗਰਾਂਦਾ ਨਹੀਂ ਮਨਾਉਣੀ ਹੈ ਅਸੀਂ ਕੋਈ ਵੀ ਯਾਦ ਰੱਖੋ ਕੋਈ ਵਿਸ਼ੇਸ਼ ਦਿਨ ਸਾਡੇ ਘਰ 'ਚ ਨਹੀਂ ਹੈ ਕੀਸੇ ਵਸ਼ੇ ਇਹ ਦਿਨ ਉਹ ਤੇ ਆਹ ਕੰਮ ਕਰੋ ਤੁਹਾਨੂੰ ਆ ਕੁਛ ਮਿਲੇਗਾ ਹਾਂ ਪਰ ਰੈਤ ਮਰਿਆਦਾ ਵਿੱਚ ਇਹ ਜ਼ਰੂਰ ਲਿਖਿਆ ਹੋਇਆ ਹੈ ਕਿ ਪੂਰਨਮਾਸੀ ਵਾਲੇ ਦਿਨ ਸੰਗਰਾਗ ਨੂੰ ਅਸੀਂ ਗੁਰਮਤ ਸਮਾਗਮ ਕਰਕੇ ਗੁਰੂ ਦੀ ਗੱਲ ਕਰ ਸਕਦੇ ਹਾਂ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਜੇ ਇਹਨਾਂ ਦਿਨਾਂ ਦੇ ਉੱਤੇ ਗੁਰੂ ਦੀ ਗੱਲ ਕੀਤੀ ਜਾਵੇ ਗੁਰਮਤ ਸਮਾਗਮ ਕਰਕੇ ਫਿਰ ਗਲਤ ਗੱਲ ਕੋਈ ਨਹੀਂ ਹੈ ਦੀਵਾਲੀ ਵਾਲੇ ਦਿਨ ਹੀ ਅਸੀਂ ਬੰਦੀ ਛੋੜ ਦਿਵਸ ਮਨਾਉਂਦੇ ਹਾਂ वैसे बहुत इतिहासकारा दे एवी राय है कि जद्दण गुरु हरगोबिंद पाशा जी ग्वालियर ਦੇ ਕਿਲੇ ਨੂੰ ਛੱਡ ਕੇ ਰਿਹਾ ਹੋ ਕੇ ਜਦੋਂ ਵਾਪਸ ਆਇਆ ਉਹ ਦਿਹਾੜਾ ਉਹ ਦਿਨ ਉਹ ਮਹੀਨਾ ਕੋਈ ਹੋਰ ਹੈ ਉਹ ਬੰਦੀ ਛੋੜ ਵਾਲਾ ਦਿਨ દિਵਾਲੀ ਵਾਲਾ ਦਿਨ ਨਹੀਂ ਹੈ ਪਰ ਅੱਜ ਬਹੁਤ ਸਿੱਖ ਕੌਮ ਸਿੱਖ ਭਾਈਚਾਰਾ દિਵਾਲੀ ਵਾਲੇ ਦਿਨ ਹੀ ਬੰਦੀ ਛੋੜ ਦਿਵਸ ਨੂੰ ਮਨਾ ਰਹੇ ਆ ਆਪਾਂ ਲੈਣੀ ਹੈ ਜੀ ਸਿੱਖਿਆ ਜੇ ਦੀਵਾਲੀ ਵਾਲੇ ਦਿਨ ਅਸੀਂ ਬੰਦੀ ਛੋੜ ਦਿਵਸ ਮਨਾ ਰਹੇ ਆ ਪਰ ਅਸੀਂ ਸਿੱਖਿਆ ਅਸੀਂ ਜੇ ਗੁਰੂ ਦੀ ਲੈ ਰਿਆ ਗੁਰਬਾਣੀ ਦੀ ਗੱਲ ਕਰ ਰਿਆ ਗੁਰੂ ਦੀ ਗੱਲ ਕਰ ਰਿਆ ਫਿਰ ਕੋਈ ਗਲਤ ਗੱਲ ਨਹੀਂ ਹੈ ਸਤਗੁਰੂ ਗੁਰੂ ਹਰਗੋਬਿੰਦ ਪਾਸ਼ਾ ਨੂੰ ਜਾਂ ਘੇਰਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਕਰ ਦਿੱਤਾ ਕਿਹੜੀ ਗੱਲੋ ਕਿਉਂਕਿ ਸੱਚ ਤੇ ਝੂਠ ਦੀ ਲੜਾਈ ਚੱਲਦੀ ਆਈ ਹੈ ਇਹ ਬਾਬੇ ਨਾਨਕ ਤੋਂ ਲੈ ਕੇ ਆਰੰਭ ਹੋ ਗਈ ਸੀ ਬਾਬੇ ਨਾਨਕ ਤੇ ਬਾਬਰ ਦੀ ਟੱਕਰ ਇਹ ਅੱਜ ਤੱਕ ਚੱਲਦੀ ਆਏਗਾ ਤੇ ਜਿੰਨਾ ਟਾਈਮ ਇਹ ਦੁਨੀਆ ਰਹੇਗੀ ਤੇ ਸੱਚ ਤੇ ਝੂਠ ਦੀ ਲੜਾਈ ਚੱਲਦੇ ਰਹਿਣੀ ਆ ਹਾਂ ਇਹ ਵੀ ਗੱਲ ਨੋਟ ਕਰਿਓ ਕੁਝ ਕੁ ਸਮਾਜ ਚ ਉਠ ਹਾਵੀਤਾ ਹੋ ਸਕਦਾ ਆ ਆਪਣਾ ਪ੍ਰਭਾਵਤਾ ਪਾ ਸਕਦਾ ਆ ਪ੍ਰਜਾਦ ਰੱਖੋ ਇੱਕ ਜਨੇ ਐਸਾ ਜ਼ਰੂਰ ਹੁੰਦਾ ਜਿੱਦਣ ਸੱਚ ਦੀ ਜਿੱਤ ਹੁੰਦੀ ਹੈ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਨੂੰ ਜਿਨ੍ਹਾਂ ਦੇ ਬਾਬਤ ਅਸੀਂ ਪੜਦੇ ਹਾਂ ਕਿ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਧੰਤਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਜਹਾਗੀਰ ਨੇ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਥੋੜੇ ਕੋ ਸਮੇਂ ਬਾਅਦ ਉਹਨੂੰ ਸਰੀਰ ਦਾ ਕੋਈ ਕਸ਼ਟ ਸ਼ੁਰੂ ਹੋ ਗਿਆ ਉਹ ਦੋਨੋਂ ਸਰੀਰ ਦਾ ਕਸ਼ਟ ਸ਼ੁਰੂ ਹੋਇਆ ਤੇ ਉਹਦੇ ਨਾਲ ਰਹਿਣ ਵਾਲੇ ਕਾਜੀ ਮੁਲਾਣਿਆਂ ਨੇ ਕਿਹਾ ਗੁਰੂ ਹਰਗੋਬਿੰਦ ਪਾਸ਼ਾ ਰਬੈ ਬਾਬੇ ਨਾਨਕ ਦਾ ਰੂਪ ਹੈ ਤੂੰ ਗੁਰੂ ਹਰਗੋਬਿੰਦ ਪਾਸ਼ਾ ਨੂੰ ਕੈਦ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ ਗੁਰੂ ਹਰਗੋਬਿੰਦ ਪਾਸ਼ਾ ਨੂੰ ਤੂੰ ਕਿਲੇ ਤੋਂ ਓਜਾੜ ਕਰਦੇ ਜਦੋਂ ਜਾਂ ਕਿ ਇਹਨੇ ਡਰਦੇ ਹੋਏ ਇਹਨੇ ਗੱਲ ਕਹੀ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਤੁਸੀਂ ਚਲੇ ਜਾਓ ਤੋਨੂੰ ਰਿਹਾ ਕੀਤਾ ਜਾਂਦਾ ਆ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਫਿਰ ਅਗਲੀ ਗੱਲ ਬੜੀ ਪਿਆਰੀ ਕਹੀ ਕਿਉਂ ਉਹ ਕਿ ਗਵਾਲੀਅਰ ਦੇ ਕਿਲੇ ਦੇ ਵਿੱਚ ਬਹੁਤ ਰਾਜੇ ਲੰਮੇ ਚਿਰ ਤੇ ਉਹ ਉਸ ਕਿਲੇ ਦੇ ਵਿੱਚ ਕੈਦ ਸਨ ਜਿਹੜੇ ਕਿ ਜੀਵਨ ਦੀ ਆਸ ਛੱਡ ਚੁੱਕੇ ਸੀ ਜਿਨ੍ਹਾਂ ਨੇ ਮੌਤ ਨੂੰ ਐਕਸੈਪਟ ਕਰ ਲਿਆ ਸੀ ਕਿ ਮੌਤ ਅੱਜ ਆ ਜਾਵੇ ਕੱਲ ਆ ਜਾਵੇ ਇਸ ਕਿਲੇ ਦੇ ਵਿੱਚੋਂ ਅਸੀਂ ਜੁੰਦੇ ਨਹੀਂ ਬਾਹਰ ਜਾ ਸਕਦੇ ਸਾਡੀ লাশ ਹੀ ਬਾਹਰ ਜਾਏਗੀ ਪਰ ਗੁਰੂ ਹਰਗੋਬਿੰਦ ਪਾਸ਼ਾ ਦੀ ਸੰਗਤ ਕਰਕੇ ਬਾਬੇ ਨਾਨਕ ਦੀ ਵਿਚਾਰਧਾਰਾ ਉਹਨਾਂ ਰਾਜਿਆਂ ਤੱਕ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਪਹੁੰਚਾਇਆ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਤੇ ਸਤਗੁਰ ਨੇ ਸਿਖਾਇਆ ਤੇ ਤੁਸੀਂ ਮਾਂ ਤੋਂ ਡਰਨਾ ਨਹੀਂ ਤੁਸੀਂ ਆਪਣੇ ਜੀਵਨ ਦੇ ਅੰਦਰ ਜੀਣ ਦੀ ਇੱਕ ਆਸ ਵੀ ਰੱਖੋ ਤੇ ਗੁਰੂ ਹਰਗੋਬਿੰਦ ਪਾਸ਼ਾ ਨੇ ਉਹਨਾਂ ਦੇ ਅੰਦਰ ਇੱਕ ਜੀਣ ਦੀ ਆਸ ਖੜੀ ਕਰ ਦਿੱਤੀ ਸੀ ਹੁਣ ਗੁਰੂ ਹਰਗੋਬਿੰਦ ਪਾਸ਼ਾ ਨੇ ਕਿਹਾ ਕਿ ਭਾਈ ਜੇ ਇਸ ਕਿਲੇ ਦੇ ਵਿੱਚੋਂ ਮੈਂ ਬਾਹਰ ਜਾਵਾਂਗਾ ਤੇ ਯਾਦ ਰੱਖਿਓ ਮੈਂ ਇਕੱਲਾ ਨਹੀਂ ਮੈਂ ਇਹਨਾਂ ਸਾਰੇ ਆਜ਼ਾਦੀਆਂ ਨੂੰ ਛੁਡਾ ਕੇ ਲੈ ਕੇ ਜਾਵਾਂਗਾ ਇਤਿਹਾਸ ਵਿੱਚ ਵੱਖਰੀ ਵੱਖਰੀ ਗੱਲਾਂ ਲਿਖੀਆਂ ਹੋਈਆਂ ਪਰ ਆਪਾਂ ਇੱਕ ਉਹ ਗੱਲ ਲੈ ਕੇ ਚੱਲਦੇ ਜਿਹੜੀ ਪਰ ਚਰਨ ਲੱਤੇ ਬਹੁਤ ਇਤਿਹਾਸਕਾਰਾਂ ਨੇ ਇਹ ਵੀ ਗੱਲ ਲਿਖੀ ਹੈ ਕਿ ਕੱਲੇ 52 ਰਾਜੇ ਨਹੀਂ ਗੁਰੂ ਹਰਗੋਬਿੰਦ ਪਾਸ਼ਾ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਜਿਹੜੇ ਰਾਜਿਆਂ ਨੂੰ ਛੁਡਾਇਆ ਉਹਨਾਂ ਦੀ ਗਿਣਤੀ 100 ਤੋਂ ਵੱਧ ਵੀ ਸੀ ਉਹ ਰਾਜੇ ਵੀ ਗੁਰੂ ਹਰਗੋਬਿੰਦ ਪਾਸ਼ਾ ਨੇ ਛੁਡਾਇਆ ਜਿਨ੍ਹਾਂ ਦੀ ਸਜ਼ਾ ਬਹੁਤ ਵੱਡੀ ਸੀ ਜਿਨ੍ਹਾਂ ਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ ਸੀਗਾ ਗੁਰੂ ਹਰਗੋਬਿੰਦ ਪਾਸ਼ਾ ਨੇ ਉਹਨਾਂ ਰਾਜਿਆਂ ਨੂੰ ਵੀ ਛੁਡਾਇਆ ਪਰ ਅਸੀਂ ਇਤਿਹਾਸ ਦੇ ਬਰਕੇ ਜਦੋਂ ਇਹ ਪੜ੍ਹਦੇ ਆ ਨਾ ਜੀ ਗੁਰੂ ਹਰਿਕੋਪੀਨ ਪਾਸ਼ਾ ਨੇ ਜਾਂਗੀਰ ਨੂੰ ਕਿਹਾ ਕਿ ਮੈਂ ਇਸ ਕਿਲੇ ਦੇ ਵਿੱਚੋਂ ਜੋ ਜਾਵਾਂਗਾ ਤੇ ਆਪਣੇ ਨਾਲ ਇਹਨਾਂ ਰਾਜਿਆਂ ਨੂੰ ਛੁਡਾ ਕੇ ਲੈ ਕੇ ਜਾਵਾਂਗਾ ਤੇ ਜਾਂਗੀਰ ਨੇ ਵਗਲੀ ਗੱਲ ਕਹੀ ਸੀ ਸਤਕੁਰ ਜੇ ਤੁਸੀਂ ਇਹਨਾਂ ਰਾਜਿਆਂ ਨੂੰ ਲੈ ਕੇ ਜਾਣਾ ਹੈ ਨਾ ਫਿਰ ਮੇਰੀ ਇੱਕ ਸ਼ਰਤ ਹੈ ਕਿ ਜੋ ਤੁਹਾਡੇ ਪੱਲੇ ਨੂੰ ਪਕੜ ਕੇ ਨਿਕਲ ਜਾਣਗੇ ਉਹ ਸਾਰੇ ਰਾਜੇ ਮੈਂ ਆਜ਼ਾਦ ਕਰ ਦਾਂਗਾ ਦਾ ਗੀਰਦੇ ਮਾਨੇ ਵਿੱਚ ਇਹ ਸੀ ਕਿ ਸਤਗੁਰ ਦੇ ਪੱਲੇ ਨੂੰ ਇੱਕ ਰਾਜਾ ਫੜ ਲੇਗਾ ਦੋ ਫੜ ਲੈਣਗੇ ਚਾਰ ਫੜ ਲੈਣਗੇ ਬਾਅਦ ਤੋਂ ਬਾਅਦ ਚਾਰ ਰਾਜੇ ਹੀ ਆਜ਼ਾਦ ਹੋਣਗੇ ਇਸ ਤੋਂ ਬਾਅਦ ਰਾਜੇ ਆਜ਼ਾਦ ਨਹੀਂ ਹੋ ਸਕਦੇ ਪਰ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਮਾਲਕ ਨੇ ਏਡੀ ਕਿਰਪਾ ਕੀਤੀ ਉਹ ਕਿ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ ਮੇਰੇ ਮਾਲਕ ਜੀ ਬੰਦੀ ਛੋੜ ਨੇ ਤਾਂ ਤਾਂ ਨੇ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਸਤਗੁਰ ਜੀ ਦੇ ਇਤਿਹਾਸ ਵਿੱਚ ਪੜਿਆ ਕਿ 52 ਕਲੀਆਂ ਵਾਲਾ ਮੇਰੇ ਮਾਲਕ ਨੇ ਚੋੜਾ ਸਹਿ ਪਾਇਆ ਤੇ ਮੈਂ ਕਈ ਵਾਰ ਇਹ ਵੀ ਕਹਿਣਾ ਹੁੰਦਾ ਹੈ ਕਿ ਜੇ ਚੋਲੇ ਦੀ ਪ੍ਰਵਾਹਾ ਸਿੱਖਣੀ ਹੈ ਨਾ ਤੇ ਗੁਰੂ ਹਰਗੋਬਿੰਦ ਪਾਸ਼ਾ ਤੋਂ ਸਿੱਖਿਓ ਜਿੱਦਣ ਸਤਗੁਰ ਨੇ 52 ਕਲੀਆਂ ਵਾਲਾ ਮੇਰੇ ਮਾਲਕ ਨੇ ਚੋੜਾ ਪਾਇਆ ਤੇ ਸਤਗੁਰ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਉਨਾ 52 ਰਾਜਿਆਂ ਨੂੰ ਵੀ ਆਜ਼ਾਦ ਕਰਵਾ ਦਿੱਤਾ ਜਿਹੜੇ ਕੀ ਜੀਣ ਦੀ ਆਸ ਛੱਡ ਚੁੱਕੇ ਸੀ ਤੇ ਜਿੱਦਣ ਗੁਰੂ ਹਰਿ ਰਾਏ ਪਾਸ਼ਾ ਨੇ ਚੋਲਾ ਪਾਇਆ ਤੇ ਗੁਰੂ ਪਾਸ਼ਾ ਜੀ ਦੇ ਚੋਲੇ ਦੇ ਨਾਲੋ ਫੁੱਲ ਟੁੱਟਿਆ ਤੇ ਉਦਣ ਵੀ ਗੁਰੂ ਹਰਿ ਗੋਬਿੰਦ ਪਾਸ਼ਾ ਨੇ ਕਿਹਾ ਸੀ ਪੁੱਤਰ ਜਦੋਂ ਚੋਲੇ ਵਟੇ ਪਾਏ ਹੋਣ ਉਦੋਂ ਦਾਮਣ ਸੰਕੋਚ ਕੇ ਚੱਲਣਾ ਆ ਪਰ ਗੁਰੂ ਹਰਿ ਗੋਬਿੰਦ ਪਾਸ਼ਾ ਦਾ ਕਹਿਣਾ ਏ ਸੀ ਕਿ ਜਦੋਂ ਤੁਹਾਡੇ ਕੋਲ ਵੱਡੀ ਜ਼ਿੰਮੇਵਾਰੀ ਆ ਜਾਵੇ ਉਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਕਦੇ ਵੀ ਕਿਸੇ ਗਰੀਬ ਦੇ ਉੱਤੇ ਤੁਸੀਂ ਜ਼ੁਲਮ ਨਹੀਂ ਕਰਨਾ ਕਿਸੇ ਨੀਵੇਂ ਨੂੰ ਲਤਾਰਨਾ ਨਹੀਂ ਜਦੋਂ ਜ਼ਿੰਮੇਵਾਰੀਆਂ ਵੱਡੀਆਂ ਹੋਣ ਉਦੋਂ ਕਦਮ ਬੜਾ ਸੋਚ ਸਮਝ ਕੇ ਤੁਸੀਂ ਧਰਨਾ ਆ ਕਿ ਤੁਹਾਡੇ ਕਰਕੇ ਕਿਸੇ ਦਾ ਨੁਕਸਾਨ ਨਾ ਹੋਵੇ ਗੁਰੂ ਹਰਗੋਬਿੰਦ ਪਾਸ਼ਾ ਨੇ ਸਾਨੂੰ ਚੋਲੇ ਦੀ ਪਰਵਾਸਾ ਦਿੱਤੀ ਕਿ ਛੋਲਾ ਐਸਾ ਪਾਵੋ ਕਿ ਜਿੱਦੀਆਂ ਕਲੀਆਂ ਨੂੰ ਫੜ ਪਕੜ ਕੇ 52 ਰਾਜੇ ਮੇਰੇ ਮਾਲਕ ਨੇ ਆਜ਼ਾਦ ਕਰਵਾਏ ਚੋਲਾ ਐਸਾ ਪਾਵੋ ਕਿ ਤੁਹਾਡੇ ਚੋਲੇ ਦੇ ਨਾਲ ਕੋਈ ਫੁੱਲ ਤੱਕ ਨਾ ਟੁੱਟੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਆਜ਼ਾਦ ਕਰਵਾਇਆ ਤੇ ਜਦੋਂ ਮਾਲਕ ਨੇ ਆਜ਼ਾਦ ਕਰਵਾਇਆ ਤੇ ਸਤਗੁਰ ਜੀ ਆਜ਼ਾਦੀ ਤੋਂ ਬਾਅਦ ਉਥੋਂ ਸਤਗੁਰ ਨਿਕਲਣ ਤੋਂ ਬਾਅਦ ਇਤਿਹਾਸਕਾਰ ਇਹ ਮੰਨਦੇ ਆ ਜ਼ਿਆਦਾਤਰ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਜਿੱਦਣ ਸਤਗੁਰਜੀਪ ਗੁਰੂ ਰਾਮਦਾਸ ਪਾਸ਼ਾ ਦੇ ਘਰ ਪਹੁੰਚੇ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਦਰਬਾਰ ਸਾਹਿਬ ਪਹੁੰਚੇ ਅੰਮ੍ਰਿਤਸਰ ਸਾਹਿਬ ਆਏ ਤੇ ਉਸ ਦਿਨ ਦੀਵਾਲੀ ਦਾ ਦਿਨ ਸੀ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਸਿੱਖਾਂ ਨੇ ਫਿਰ ਦੀਪਮਾਲਾ ਕੀਤੀ ਮਾਲਕ ਜੀ ਦੀ ਆਉ ਭਗਤ ਕੀਤੀ ਅੱਜ ਤਾਂ ਹੀ ਸਿੱਖ ਕੌਮ ਦੀਵਾਲੀ ਵਾਲੇ ਦਿਨ ਬੰਦੀ ਛੋੜ ਦਿਵਸ ਮਨਾਉਂਦੀ ਹੈ ਤੇ ਗੁਰੂ ਹਰਗੋਬਿੰਦ ਪਾਸ਼ਾ ਨੂੰ ਯਾਦ ਕਰਦੀ ਹੈ ਸੰਗਤ ਜੀ ਅਖੀਰ ਵਿੱਚ ਇੱਕ ਬੇਨਤੀ ਕਰਦਾ ਅਸੀਂ ਵੀ ਕਿਲੇ ਵਿੱਚ ਬੰਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕਿਲਿਆਂ ਵਿੱਚ ਸਾਡਾ ਮਨ ਬੰਦਿਆ ਜੇ ਇਸ ਕਿਲਿਆ ਦੇ ਵਿੱਚੋਂ ਆਪਣੇ ਮਨ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਹੋ ਤੇ ਗੁਰੂ ਦੇ ਸ਼ਬਦ ਦਾ ਪੱਲਾ ਪਕੜ ਲਓ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਪੱਲਾ ਪਕੜ ਲਿਆ ਜਦੋਂ ਮਨ ਨੇ ਸਾਡੇ ਨੇ ਗੁਰੂ ਕੇ ਸ਼ਬਦ ਦਾ ਲੜ ਪਕੜ ਲਿਆ ਉਦੋਂ ਮਨ ਸਾਡਾ ਇਹਨਾਂ ਵਿਕਾਰਾਂ ਦੇ ਕਿਲੇ ਵਿੱਚੋਂ ਬਾਹਰ ਆ ਜਾਏਗਾ ਸੋ ਗੁਰੂ ਘਰ ਗੋਬਿੰਦਪਾਸਾ ਨੂੰ ਯਾਦ ਕਰਦੇ ਹੋਏ ਅਸੀਂ ਬੰਦੀ ਛੋੜ ਦਿਵਸ ਮਨਾਉਂਦੇ ਆ ਤੇ ਅਰਦਾਸ ਕਰਦੇ ਆ ਮਾਲਕ ਜੀ ਸਾਡੇ ਉੱਤੇ ਵੀ ਕਿਰਪਾ ਕਰੀ ਜਿਵੇਂ ਤੁਸੀਂ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਸਤਗੁਰ ਆਜ਼ਾਦ ਕਰਵਾ ਦਿੱਤਾ ਅਸੀਂ ਵੀ ਸਤਗੁਰ ਵਿਕਾਰਾ ਦੇ ਕਿਲਿਆਂ ਵਿੱਚ ਫਸੇ ਪਏ ਆ ਸੰਨੂਆ بڑے ਬਾਣੀ ਦਾ ਲਾੜ ਪਕੜਾ ਸੰਨੂਆ بڑے ਸ਼ਬਦ ਦਾ ਪੱਲਾ ਪਕੜਾ ਸਤਗੁਰ ਅਸੀਂ ਵੀ ਇਨ੍ਹਾਂ ਕਿਲਿਆ ਦੇ ਵਿੱਚੋਂ ਆਜ਼ਾਦ ਹੋ ਜਾਈਏ ਸਤਗੁਰ ਸਾਡੇ ਉੱਤੇ ਵੀ ਇਹ ਤਰਸ ਕਰੀ